पिछले कुछ लंबे समय तो कुछ नर्सां भुख हड़ताल ते बैठियां ने जो कि पंजाब सरकार दे खोखले वादे टुटण मगरों हक्की मंगां नूं लै के सब कुछ छड के सड़क किनारे संघर्ष कर रही ने। मामला है ठेकेदारी सिस्टम नूं खत्म करके पक्के करन दा। कई राजनीतिक आगू इत्थे इन्हां दा दुखड़ा सुन तां आए, मदद का वादा भी किया, पर जो कुछ होया वो तुहाडे सामने ही है। इस नाल ही संघर्ष कर रही इन्हां नर्सां ने समर्थन ते बैठे लोगों ने अज मुख्यमंत्री प्रकाश सिंह बादल का पुतला फूकिया ते मुख्यमंत्री बादल खिलाफ़ नारेबाजी की। सानू इत्थे बैठिया नू 39 डेज़ हो चुके हैं ते सानू किसी भी सरकार ने हजे तक आके पुछया नहीं हैगा। ठीक है, हरेक एंटी पार्टीज आंदे आ, सरकारां दे नुमाइंदे आंदे आ, वो सानू दिलासे दे के चले जांदे आ, पर किसी ने भी कोई अपने वालों सख्त कदम नहीं चुकिया सानू रेगुलाइजेशन करने दा। ते सानू 6 साल हो गए पंजाब सरकार दीआं पक्कीआं पोस्टां ते काम करदिआं नू, पर ਸਾਡੀ ਹਜੇ ਤੱਕ ਉਹੀ 7500 ਤਨਖਾਹ ਆ, ਤਾਂ 7500 ਤਨਖਾਹ 'ਤੇ ਸਾਡੇ ਤੋਂ ਪੂਰੀ ਡਿਊਟੀ ਲਈ ਜਾਂਦੀ ਆ, ਜਦਕਿ ਸਾਡੇ ਨਾਲ ਵਾਲੇ ਇੰਪਲੋਈਜ਼ ਜਿਹੜੇ ਕਿ ਰੈਗੂਲਰ ਨੇ ਉਹਨਾਂ ਦੀ 40,000 ਤੱਕ ਤਨਖਾਹ ਹੈਗੀ ਹੈ। ਕੋਈ ਵੀ ਸਾਡੇ ਕੋਲ ਸਿਕਿਉਰਿਟੀ ਨਹੀਂ, ਕੁੜੀਆਂ ਇਕੱਲੀਆਂ ਰਾਤ ਨੂੰ ਪੈਂਦੀਆਂ ਹੈਗੀਆਂ, ਇੱਥੇ ਸੜਕ ਕਿਨਾਰੇ ਪੈਂਦੀਆਂ, ਤੁਸੀਂ ਦੇਖੋ ਕੁੜੀਆਂ ਦਾ ਕੀ ਹਾਲ ਆ। ਜੋ ਸਰਕਾਰ ਕੁੜੀਆਂ ਦੀ ਕਹਿੰਦੀ ਅਸੀਂ ਰਾਖੀ ਕਰਦੇ ਹਾਂ, ਅੱਜ ਹਰਸਿਮਰਤ ਕੌਰ ਬਾਦਲ ਕਿੱਥੇ ਆ ਗਈ? ਜੋ ਕਹਿੰਦੀ ਅਸੀਂ ਧੀਆਂ ਦੀ ਰਾਖੀ ਕਰਦੇ ਹਾਂ, ਅਸੀਂ ਨੰਨੀਆਂ ਸਾਵਾਂ ਨੂੰ ਚੁਣੇ, ਕਿ ਉਹ ਪੇਟ ਵਿੱਚ ਜਿਹੜੀਆਂ ਪਲ ਰਹੀਆਂ ਧੀਆਂ ਉਹਨਾਂ ਦੀ ਰਾਖੀ ਕਰਨਾ ਜਾਣਦੇ ਆ? ਜਦੋਂ ਕਿ ਸਾਡੇ ਮਾਂ ਬਾਪ ਨੇ ਐਡੀਆਂ ਪੜ੍ਹਾ ਲਿਖਾ ਕੇ ਐਡੀਆਂ ਨੌਜਵਾਨ ਕੁੜੀਆਂ ਸੜਕਾਂ ਦੇ ਉੱਤੇ ਰੁਲ ਰਹੀਆਂ, ਉਹਨਾਂ ਵੱਲ ਕੋਈ ਨਹੀਂ ਦੇਖ ਰਿਹਾ? ਇੱਕ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ? ਕੀ ਅਸੀਂ ਸਰਕਾਰ ਦੇ ਬੱਚੇ ਨਹੀਂ? ਕੀ ਅਸੀਂ ਸਰਕਾਰ ਨੇ ਗੋਦ ਨਹੀਂ ਲਏ ਹੋਏ? ਕੀ ਅਸੀਂ ਸਰਕਾਰ ਦੇ ਕੰਮ ਨਹੀਂ ਕਰ ਰਹੇ? ਕੀ ਅਸੀਂ ਸਰਕਾਰ ਦੀਆਂ ਡਿਊਟੀਆਂ ਨਹੀਂ ਕਰ ਰਹੇ? ਸਾਡੀ ਤਨਦੇਹੀ ਦੇ ਨਾਲ ਕੰਮ ਕੀਤੀ ਦੀ ਕਿੱਥੇ ਕਮੀ ਹੈ? ਅਸੀਂ ਕਿੱਥੇ ਕਮੀ ਹੈ ਸਾਡੀ ਸਾਡੇ ਕੰਮ ਦੇ ਵਿੱਚ, ਜਿੱਥੇ ਸਾਨੂੰ ਇਹ ਨਮਤਰੇਈ ਮਾਂ ਵਾਲਾ ਸਲੂਕ ਕਰਨ ਨਾਲ ਕਰ ਰਹੇ ਨੇ, ਸਾਨੂੰ ਇਹ ਅੱਖੋਂ ਪਰੋਖੇ ਕਰ ਰਹੇ ਨੇ। ਆ ਹੱਥ ਜੋੜ ਕੇ ਸਾਡੀ ਬੇਨਤੀ ਹੈ ਕਿ ਸਾਡੀ ਇਸ ਨੂੰ ਬੇਨਤੀ ਪ੍ਰਵਾਨ ਕਰੋ, ਸਾਡੀਆਂ ਹੱਕਾਂ ਨੂੰ, ਸਾਡੀ ਮੰਗਾਂ ਨੂੰ, ਸਾਡੀਆਂ ਪ੍ਰਵਾਨ ਕੀਤਾ ਜਾਵੇ ਅਤੇ ਸਾਨੂੰ ਰੈਗੂਲਾਈਜੇਸ਼ਨ ਦੇ ਆਰਡਰ ਦਿੱਤੇ ਜਾਣ।